ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਈਟੀਟੀ 9894 ਦਾ ਜੋ ਪੇਪਰ ਦੇਣ ਜਾ ਰਹੇ ਨੇ ਉਹਨਾਂ ਦੀ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਆਪਾਂ ਇਸ ਵੀਡੀਓ ਚ ਈਟੀਟੀ 9894 ਦੇ ਪੇਪਰ ਦੇ ਜਿਹੜੇ ਸੈਂਟਰ ਨੇ ਉਹਨਾਂ ਬਾਰੇ ਗੱਲ ਕਰਾਂਗੇ ਕਿ ਕਿੱਥੇ-ਕਿੱਥੇ ਹੋਣਗੇ ਤੇ ਈਟੀਟੀ 9894 ਦੇ ਵਿੱਚ ਟੋਟਲ ਕਿੰਨੇ ਕੁ ਸਟੂਡੈਂਟ ਨੇ ਜਿਹੜੇ ਇਸ ਵਾਰ ਪੇਪਰ ਦੇਣ ਜਾ ਰਹੇ ਨੇ ਉਹਦੇ ਬਾਰੇ ਗੱਲ ਕਰਾਂਗੇ ਤੇ ਕੁੱਲ ਜਿਹੜੀ ਮੰਨ ਲਓ ਕਿਹੜੇ-ਕਿਹੜੇ ਸਟੂਡੈਂਟ ਇਦਾਂ ਦੇ ਨੇ ਜਿਹੜੇ ਈਟੀਟੀ ਜਿਨ੍ਹਾਂ ਕੋਲ ਹੈ ਨਹੀਂ ਪਰ ਫਿਰ ਵੀ ਪੇਪਰ ਦੇਣ ਜਾ ਰਹੇ ਨੇ ਉਹ ਉਹ ਸਾਰੇ ਆਪਾਂ ਇਹਦੇ ਬਾਰੇ ਡਿਸਕਸ਼ਨ ਕਰਾਂਗੇ ਇਸ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਨੂੰ ਐਂਡ ਤੱਕ ਪੂਰੇ ਗੌਰ ਨਾਲ ਸੁਣਿਓ ਤੇ ਐਂਡ ਤੱਕ ਸੁਣਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਥੇ ਤੁਹਾਨੂੰ ਈਟੀਟੀ ਦੀ ਹਰ ਇੱਕ ਅਪਡੇਟ ਨਾੜ 94 ਦੀ ਪੇਪਰ ਤੋਂ ਪਹਿਲਾਂ ਦੀ ਜਾਂ ਪੇਪਰ ਤੋਂ ਬਾਅਦ ਦੀ ਕਿਉਂਕਿ ਪੇਪਰ ਤੋਂ ਬਾਅਦ ਵੀ ਬਹੁਤ ਸਾਰਾ ਕੁਝ ਬਾਕੀ ਰਹੂਗਾ ਸਕਰੂਟਰੀ ਵਗੈਰਾ ਮੈਡ ਲਿਸਟਾਂ ਵਗੈਰਾ ਜਿਹੜੀ ਅਨਸਰ ਕੀ ਆ ਉਹਦੇ ਵਗੈਰਾ ਵੀ ਜਿਹੜੀ ਪੇਪਰ ਤੋਂ ਨੈਕਸਟ ਡੇ ਦੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਸਵਾਲ ਦਾ ਕਿਹੜਾ ਅਨਸਰ ਆਉਂਦਾ ਤੁਸੀਂ ਚੈਨਲ ਤੇ ਬਣੇ ਰਹੋ ਹੁਣ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜਿਵੇਂ ਤੁਸੀਂ ਕੱਲ ਤਾਂ ਆਪਣੇ ਫੋਨ ਤੇ ਤੁਸੀਂ ਗਰੁੱਪਾਂ ਦੇ ਵਿੱਚ ਇੱਕ ਨੋਟੀਫਿਕੇਸ਼ਨ ਦੇਖ ਰਹੇ ਹੋ ਕਿ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਜਿਹਦੇ ਵਿੱਚ ਕਿ ਵਿਸ਼ਾ 9894 ਸਾਮੀਆਂ ਦੀਆਂ ਲਿਖਤੀ ਪੇਪਰ ਲੈਣ ਦੇ ਸੰਬੰਧੀ ਹੈ ਇਹਦੇ ਵਿੱਚ ਜਿਹੜਾ ਪੇਪਰ ਆ ਇਹ 5 ਮਾਰਚ ਨੂੰ ਹੋਊਗਾ ਤੇ ਇਹਦੇ ਸਬੰਧ ਦੇ ਵਿੱਚ ਦਫ਼ਤਰ ਵੱਲੋਂ ਪ੍ਰੀਖਿਆ ਕੇਂਦਰਾਂ ਦੀ ਚੋਣ ਕਰਨ ਉਪਰੰਤ ਜਿਹੜੇ ਕੇਂਦਰ ਵਿੱਚ ਬੈਠਣ ਦੇ ਉਮੀਦਵਾਰਾਂ ਦੀ ਗਿਣਤੀ ਆ ਉਹ ਸਾਰਾ ਕੁਝ ਨੱਥੀ ਕਰਕੇ ਭੇਜਿਆ ਗਿਆ ਤੇ ਸਕੂਲ ਮੁਖੀਆਂ ਨੂੰ ਇਹ ਉੱਥੇ ਪ੍ਰੀਖਿਆ ਕੇਂਦਰਾਂ ਵਿੱਚ ਜਿਹੜਾ ਤਾਇਨਾਤ ਕੀਤਾ ਜਾਊਗਾ ਉਹਨਾਂ ਸਾਰੇ ਵਗੈਰਾ ਦੇ ਨਾਂ ਤੇ ਟੋਟਲ ਗਿਣਤੀ ਇਹ ਸਾਰਾ ਕੁਝ ਦੱਸਿਆ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਪ੍ਰੀਖਿਆ ਕੇਂਦਰ ਨੇ ਉਹ ਕਿੱਥੇ-ਕਿੱਥੇ ਹੋਣਗੇ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿਵੇਂ ਕਿ ਪਿਛਲੀ ਵਾਰੀ ਸ਼ਾਰਟ 35 ਦੇ ਵਿੱਚ ਜਿਹੜਾ ATT ਦਾ ਹੈਗਾ ਸੀਗਾ ਆਪਣਾ اا ATD ਦੇ پیپر ਸੀ ਜਿਹੜੇ ਉਹ ਡਿਸਟ੍ਰਿਕਟ ਚ ਹੋਏ ਸੀਗੇ ਜਿਵੇਂ ਮਾਨਸਾ ਦੇ ਮਾਨਸਾ ਬਠਿੰਡੇ ਦੇ ਬਠਿੰਡਾ ਚ ਇਦਾਂ ਡਿਸਟ੍ਰਿਕਟ ਦੇ ਵਿੱਚ ਸੈਂਟਰ ਬਣੇ ਸੀ ਤੇ ਬਹੁਤ ਸਾਰਾ ਉਹਦੇ ਵਿੱਚ ਇਲਜ਼ਾਮ ਵੀ ਲੱਗੇ ਸੀ ਕਿ ਸਰ ਨਕਲ ਵਗੈਰਾ ਚੱਲੀ ਹੈ ਤੇ ਕਾਫੀ ਜ਼ਿਆਦਾ ਉੱਤ ਰੌਲਾ ਵੀ ਪਿਆ ਸੀਗਾ ਤੇ ਇਸ ਕਰਕੇ ਸਰਕਾਰ ਨੇ ਹੁਣ ਜਦੋਂ ਪਹਿਲਾਂ ਵੀ ਮਾਸਟਰ ਕੈਡਰ ਦੇ ਪੇਪਰ ਲਈ ਸੀ ਉਹ ਵੀ ਸਿਰਫ ਚੰਡੀਗੜ੍ਹ ਮੋਹਾਲੀ ਵਿੱਚ ਰੱਖੇ ਸੀ ਖਾਸ ਕਰਕੇ ਚੰਡੀਗੜ੍ਹ ਦੇ ਵਿੱਚ ਦੇ ਇਸ ਵਾਰ ਈਟੀਟੀ ਦਾ ਪੇਪਰ ਵੀ ਇਸੇ ਤਰ੍ਹਾਂ ਹੀ ਹੋਣ ਜਾ ਰਿਹਾ ਹੈ ਇਹਦੇ ਜਿਹੜੇ ਜਿਆਦਾ ਪ੍ਰੀਖਿਆ ਕੇਂਦਰ ਨੇ ਉਹ ਮੋਹਾਲੀ ਦੇ ਵਿੱਚ ਨੇ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਸਾਰੇ ਸਕੂਲ ਨੇ ਜਿਹੜੇ ਉਹ ਮੋਹਾਲੀ ਦੇ ਸਕੂਲ हायर ਕੀਤੇ ਗਏ ਨੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਸੈਕੰਡ ਨੰਬਰ ਤੇ ਖਾੜਾ ਖਾੜ ਤੋਂ ਬਾਅਦ ਇਹਦੇ ਵਿੱਚ ਹੈਗਾ ਡੇਰਾਬਾਸੀ ਖਾੜਾ ਜ਼ਿਰਕਪੁਰ ਤੇ ਬਨੂੜ ਤੇ ਮੁੱਲਾਪੁਰ ਕੁੱਟਲੇ ਇਹ 29 ਸਕੂਲ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਪੇਪਰ ਹੈ ਈਟੀਟੀ 98 99 ਦੇ ਜਿਹੜੇ ਪੇਪਰ ਨੇ 29 ਸਕੂਲਾਂ ਦੇ ਵਿੱਚ ਹੋਣਗੇ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਮਹਾਲੀ ਦੇ ਵਿੱਚ ਫਿਰ ਬਨੂੜ ਸੌਰੀ ਖਾਰੜਾ ਜ਼ਿਰਕਪੁਰ ਦੇ ਇੱਕ ਦੋ ਸਕੂਲ ਨੇ ਇਹਦੇ ਵਿੱਚ ਤੇ ਲਾਂਡਰਾ ਨੇ ਇਹ ਜਿਹੜੇ ਮਹਾਲੀ ਦੇ ਨਾਲ-ਨਾਲ ਏਰੀਆ ਇਹ ਸਾਰੇ ਸੈਂਟਰ ਬਣਨਗੇ ਤੇ ਇੱਥੇ ਤੁਹਾਡੇ ਜਿਹੜੇ ਪੇਪਰ ਹੋਣਗੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਟੋਟਲ ਜਿਹੜੇ ਸਟੂਡੈਂਟ ਨੇ ਜਿਵੇਂ ਤੁਹਾਨੂੰ ਦੱਸਿਆ ਕਿ ਟੋਟਲ 80 ਸਟੂਡੈਂਟ ਸੌਰੀ 29 ਜਿਹੜੇ ਸੈਂਟਰ ਨੇ ਬਣੇ ਹੋਏ ਨੇ ਤੇ 29 ਸੈਂਟਰਾਂ ਦੇ ਵਿੱਚ ਟੋਟਲ 9398 ਬੱਚਾ ਆਈਟੀਟੀ ਦਾ ਜਿਹਨਾਂ ਨੇ ਫਾਰਮ ਅਪਲਾਈ ਕੀਤਾ ਸੀਗਾ ਉਹਨਾਂ ਦੀ ਜਿਹੜੀ ਉੱਥੇ ਮੰਨ ਲਓ 9398 ਬੱਚੇ ਪੇਪਰ ਦੇਣਗੇ ਜਿਹੜੇ ਅਲਾਟਡ ਸਟੂਡੈਂਟ ਨੇ ਤੇ ਜੇਕਰ ਆਪਾਂ ਗੱਲ ਕਰੀਏ 9398 ਦਾ ਪੂਰੇ ਦਾ ਪੂਰਾ ਵੀ ਕਿੱਡਰ ਆ ਜਿਹੜਾ ਉਹ ਆਈਟੀਟੀ ਦਾ ਨਹੀਂ ਹੈਗਾ ਇਦੇ ਵਿੱਚ ਬਹੁਤ ਸਾਰੇ ਇਦਾਂ ਦੇ ਬੱਚੇ ਨੇ ਜਿਨ੍ਹਾਂ ਨੇ बीएड ਕੀਤੀ ਹੋਈ ਹੈ ਪੇਪਰ 1 ਉਹਨਾਂ ਨੇ ਕਲੀਅਰ ਕੀਤਾ ਹੋਇਆ ਉਹ ਵੀ ਇਹ ਪੇਪਰ ਦੇਣਗੇ ਤੇ ਬਹੁਤ ਸਾਰੇ ਇਦਾਂ ਦੇ ਨੇ ਜਿਹੜੇ ਨੇ ਮਤਲਬ ਬਹੁਤ ਗਿਣਤੀ ਨਹੀਂ ਆਪਾਂ ਕਹਿ ਸਕਦੇ ਹੈਗੇ ਤਾਂ ਉਹ ਥੋੜੇ ਨੇ ਪਰ ਇਦਾਂ ਦੇ ਹੈ ਤਕਰੀਬਨ 500 700 ਪਲੱਸ ਬੱਚਾ ਇਦਾਂ ਦਾ ਹੋਊਗਾ ਜਿਹੜੇ ਜਿਵੇਂ बीएड ਵਾਲੇ ਹੋਗੇ ਜਾਂ ਕਈ ਵਾਰੀ ਕੋਈ ਵੈਸੀ ਪੇਪਰ ਭਰ ਦਿੰਦਾ ਪੇਪਰ ਦੇਣ ਦਾ ਮਾਰਾ ਕਿ ਤਿਆਰ ਪਾਊਗਾ ਤਾਂ ਜੇਕਰ ਆਪਾਂ ਗੱਲ ਕਰੀਏ ਤਾਂ 88 94 ਵਾਸਤੇ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਟੋਟਲ 6000 ਵਾਂਗੂ ਪੋਸਟਾਂ ਉਹਨਾਂ ਦੀ ਤਾਂ 6000 ਦੇ ਵਿੱਚੋਂ ਤਕਰੀਬਨ ਸਿਰਫ ਉਹਨਾਂ ਕੋਲੇ 8500 ਅਪ੍ਰੋਕਸੀਮੇਟ ਉਹਨਾਂ ਦਾ ਜਿਹੜਾ ਉਮੀਦਵਾਰ ਹੈ ਉਹ ਜਿਹੜਾ ਇਹਦੇ ਲਾਈਨ ਦੇ ਵਿੱਚ ਖੜਾਗਾ ਕੰਪੀਟੀਸ਼ਨ 8500 ਦੇ ਵਿੱਚ ਆ ਤੇ 6000 ਬੱਚਾ ਇਹਦੇ ਵਿੱਚ एलिਜੀਬਲ ਹੋਊਗਾ ਜਿਵੇਂ ਕਿ ਇਹ ਬਾਕੀ ਪੋਸਟਾਂ 'ਚ ਜੇਕਰ ਆਪਾਂ ਵੀਏਡ ਬੀਏਡ ਦੀ ਗੱਲ ਕਰੀਏ ਜਿਵੇਂ ਐਸਐਸਟੀ ਦੀ ਗੱਲ ਕਰੀਏ ਤਾਂ ਐਸਐਸਟੀ ਦੇ ਵਿੱਚ ਪੇਪਰ ਭਰਿਆ ਸੀ 25000 ਨੇ ਤੇ ਪੋਸਟਾਂ 633 ਸੀਗੀਆਂ ਇਸੇ ਤਰ੍ਹਾਂ ਪੰਜਾਬੀ ਦੀ ਪੋਸਟ 600 ਸੀਗੀ ਤੇ ਭਰਿਆ ਸੀ 20 ਹਜ਼ਾਰ ਬੰਦੇ ਨੇ ਤਾਂ ਉਹਦੇ ਮੁਕਾਬਲੇ ਬਹੁਤ ਘੱਟ ਕੰਪੀਟੀਸ਼ਨ ਆ ਜਿਹੜਾ 8TT ਦੇ ਵਿੱਚ ਹੈਗਾ ਸਿਰਫ 94 100 ਬੱਚਾ ਨੇ ਅਪਲਾਈ ਕੀਤਾ ਉਹਦੇ ਵਿੱਚੋਂ 100 200 ਤਾਂ ਇਦਾਂ ਦੀ ਹੁੰਦਾ ਜਿਹੜਾ ਪੇਪਰ ਦੇਣ ਹੀ ਨਹੀਂ ਜਾਂਦਾ ਕਿਉਂਕਿ BEd ਦਾ 20000 SST ਦਾ 20000 ਬੱਚੇ ਨੇ ਪੇਪਰ ਦਿੱਤਾ ਸੀ ਤੇ ਭਰਿਆ 25000 ਨੇ ਸੀ ਸ਼ਾਇਦ ਕੁਝ ਹੋ ਸਕਦਾ ਸਾਡੀ ਗਿਣਤੀ ਵਿੱਚ ਕੁਝ ਗਲਤ ਹੋਵੇ ਉਹਦੇ ਲਈ ਮਾਫੀ ਆ ਤਾ ਜੇਕਰ ਆਪ ਕੰਪੀਟੀਸ਼ਨ ਦੀ ਗੱਲ ਕਰੀਏ ਤਾਂ ਬਹੁਤ ਘੱਟ ਕੰਪੀਟੀਸ਼ਨ ਆ ਜਿਹੜਾ ਇਹ 94 ਪੋਸਟਾਂ ਜਿੱਥੋਂ ਤੱਕ ਸਾਨੂੰ ਲੱਗਦਾ ਕਿ ਸਿਰਫ ਇਹੀ ਇਕੋ ਹੀ ਪੋਸਟ ਆ ਜਿਹਦੇ ਵਿੱਚ ਸਭ ਤੋਂ ਘੱਟ ਕੰਪੀਟੀਸ਼ਨ ਆ ਨਹੀਂ ਆਪਾਂ ਦੇਖਦੇ ਹਾਂ ਹੋਰ ਇਗਜ਼ਾਮ ਪਟਵਾਰੀ ਪੁਲਿਸ ਮਾਸਟਰ ਕੈਡਰ ਇਹਨਾਂ ਦੇ ਵਿੱਚ ਜਿਹੜਾ ਕੰਪੀਟੀਸ਼ਨ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਸਟੂਡੈਂਟ ਨੂੰ ਸਾਡੇ ਵੱਲੋਂ ਵੈਸਟ ਵਿਸ਼ੇਸ਼ ਵੀ ਨੇ ਕਿ ਤਿਆਰੀ ਉਹ ਆਪਣੀ ਖਿੱਚ ਕੇ ਰੱਖਣਾ ਕਿਉਂਕਿ ਇਥੇ ਜੇਕਰ ਦੇਖੀਏ ਆਪਾਂ ਦਾ ਦੋ ਬੱਚੇ ਵੀ ਕੰਪੀਟੀਸ਼ਨ ਦੇ ਵਿੱਚ ਨਹੀਂ ਇੱਕ ਪੋਸਟ ਲਈ ਦੋ ਬੱਚੇ ਵੀ ਕੰਪੀਟੀਸ਼ਨ ਦੇ ਵਿੱਚ ਨਹੀਂ ਜੇਕਰ 12000 ਵੀ ਕੰਪੀਟੀਸ਼ਨ ਦੇ ਵਿੱਚ ਹੁੰਦਾ ਬੱਚਾ ਤਾਂ ਦੋ ਬੱਚਿਆਂ ਦਾ ਕੰਪੀਟੀਸ਼ਨ ਹੁੰਦਾ ਤੇ ਜਿਵੇਂ ਕਿ ਤੁਸੀਂ ਦੇਖਿਆ ਕਿ ਮਹਾਲੀ ਤੇ ਜ਼ਿਰਕਪੁਰ ਇੱਥੇ ਜ਼ਿਆਦਾ ਪੇਪਰ ਹੋਣਗੇ ਤੁਹਾਨੂੰ ਤੁਸੀਂ ਆਪਣੇ ਹੀ ਪਹਿਲਾਂ ਹੀ ਜਿਹੜੀ ਤੁਹਾਡੀ ਸੈਟਿੰਗਾਂ ਉਹ ਕਰਕੇ ਜਾਣਾ ਜਿਵੇਂ ਪਿਛਲੀ ਵਾਰ ਸੀਗਾ ਕਿ ਡਿਸਟ੍ਰਿਕਟ ਦੇ ਵਿੱਚ ਸੈਂਟਰ ਇਸ ਵਾਰ ਨਹੀਂ ਬਣੇ ਤੇ ਬਾਕੀ ਰੋਲ ਨੰਬਰ ਵਗੈਰਾ ਜਾਂ ਐਡਮਿਟ ਕਾਰਡ ਜਦੋਂ ਵੀ ਤੁਹਾਡੇ ਆਉਣਗੇ ਤਾਂ ਅਸੀਂ ਤੁਹਾਨੂੰ ਵੀਡੀਓ ਰਾਹੀਂ ਸਾਰੀ ਜਾਣਕਾਰੀ ਦੇ ਦਾਂਗੇ ਤੁਸੀਂ ਚੈਨਲ ਤੇ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਬទਵਾਦ ਸ਼ੇਅਰ ਕਰਦੇ